अभी सुन रहे हो चावला न्यूज नेटवर्क टोरंटो CNN टोरंटो। पटी साहब बहुत बहुत स्वागत है थोड़े अपने शो दे विच, सत श्री अकाल। मेरे वालों आप जी सारे श्रोता के दर्शकों सत श्री अकाल जी। फोटो नहीं आ रही थोड़ी, आ गई जे की हाल चाल, आज तो बनी भी येलो पा गया। स्वागत है पटी साहब। स्टूडियो नंबर 905-813-1320-905-813-1320। पटी साहब सामने एक खबर आ रही है जी, संदीप बिश्नोई दी सानू फोन आया सी के जो गैंगस्टर ने शरेआम शूटिंग हुई है उसका कतल किया गया। पहले ओदी खबर साझी कर दिया जी, की होया? संदीप बिश्नोई कहंदे कोई गैंगस्टर मारिया गया जी, हुणी पता लगा जी ਸਾਨੂੰ ਕਾਫੀ ਟੈਕਸ ਮੈਸੇਜਸ ਮੇਰੇ ਵਿੱਚ ਨੋਟਿਸ ਤੇ ਵੇਖ ਮੈਂ ਚੈੱਕ ਕਰ ਲੈਂਦਾ ਹੁਣੇ ਮੇਰੇ ਨੋਟ ਤੇ ਆਪਾਂ ਕਰਦੇ ਗੱਲ ਕਰਦੇ ਉਹ ਚੈੱਕ ਕਰ ਲੈਂਦੇ ਜੀ। ਹੁਣ ਹੀ ਕਹਿੰਦੇ ਸੰਦੀਪ ਬਿਸ਼ਨੋਈ ਜੀ ਉਹਨਾਂ ਦਾ ਇਹ ਤੇ ਵੇਖੋ ਜੇ ਸੰਦੀਪ ਬਿਸ਼ਨੋਈ ਦਾ ਕਤਲ ਹੋ ਗਿਆ ਤੇ ਇਹ ਪਹਿਲੇ ਦਿਨ ਹੀ ਪਤਾ ਸੀਗਾ ਕਿਉਂਕਿ ਉਹਦੇ ਫਾਦਰ ਨੇ ਬਕਾਇਦਾ ਤੌਰ ਤੇ ਦਿੱਲੀ ਹਾਈਕੋਰਟ ਤੇ ਕੈਪਲੀਸ਼ਨ ਦਿੱਤੀ ਸੀਗੀ ਕਿ ਸੰਦੀਪ ਬਿਸ਼ਨੋਈ ਦਾ ਜਿਹੜੀ ਪੰਜਾਬ ਪੁਲਿਸ ਉੱਤੇ ਕਤਲ ਹੋ ਸਕਦਾ ਤੇ ਅਟੈਕ ਹੋ ਸਕਦਾ। ਦਿੱਲੀ ਹਾਈਕੋਰਟ ਨੇ ਕਿਹਾ ਸੀ ਕਿ ਜੇ ਉਹਨਾਂ ਡਿਮਾਂਡ ਕੀਤੀ ਹੈ ਤੇ ਉਹਨਾਂ ਨੂੰ ਸਾਨੂੰ ਹੈਂਡਲ ਕਰਨਾ ਪਏਗਾ ਜੀ ਜੀ ਜੀ। ਨਾਲ ਉਹਨਾਂ ਪੰਜਾਬ ਪੁਲਿਸ ਨੇ ਕਿਹਾ ਸੀ ਕਿ ਤੁਸੀਂ ਦੋ ਬੁਲਟ ਪਰੂਫ ਗੱਡੀਆਂ ਤੇ 50 ਵਿਅਕਤੀ ਚੰਗੇ ਜਿਹੜੇ ਕਮਾਂਡੋ ਨੇ ਉਹ ਨਾਲ ਲੈ ਕੇ ਆਓ ਤੇ ਫਿਰ ਤੁਹਾਡੀ ਹੈਂਡਲ ਕਰਾਂਗੇ। ਅੱਛਾ, ਇਹਨਾਂ ਨੇ ਉੱਥੇ ਲਿਖਤੀ ਵਿਸ਼ਵਾਸ ਦਵਾਇਆ ਸੀ ਇਹਨੂੰ ਕਿਸੇ ਪ੍ਰਕਾਰ ਦਾ ਨੁਕਸਾਨ ਨਹੀਂ ਹੋਏਗਾ ਤੇ ਜੇ ਕਿਤੇ ਉਹਦਾ ਹੋਇਆ ਤੇ ਫਿਰ ਪੰਜਾਬ ਪੁਲਿਸ ਬੜੀ ਬੁਰੀ ਤਰ੍ਹਾਂ ਫਸੇਗੀ ਇਸ ਕੇਸ ਵਿੱਚ। ਸਾਹਮਣੇ ਕਾਫੀ ਮੀਡੀਆ ਨੇ ਪੁਸ਼ਟੀ ਵੀ ਕੀਤੀ ਹੈ ਜੀ, ਵੀਡੀਓ ਸਾਹਮਣੇ ਵੀ ਆ ਰਹੇ ਨੇ ਜੀ, ਤੁਸੀਂ ਆਪਣੇ ਵੱਲੋਂ ਕਨਫਰਮ ਤੇ ਬੜੀ ਮੰਦਭਾਗੀ ਖਬਰ ਆ। ਜੇ ਉਹ ਬੰਦਾ ਤੁਹਾਡੇ ਕੋਲ ਪਿਛਲੇ 2 ਮਹੀਨੇ ਤੋਂ ਮੇਰੇ ਤੱਕ 2.5 ਮਹੀਨੇ ਤੋਂ ਤੁਸੀਂ ਨੂੰ ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ ਤੇ ਭਵਾਈ ਫਿਰਦੇ ਹੋ ਕਦੀ ਕਿਸੇ ਕੇਸ ਕਦੀ ਕਿਸੇ ਕੇਸ ਦੇ ਵਿੱਚ ਜੀ, ਔਰ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਜੇ ਇਹ ਮਾਰਿਆ ਗਿਆ ਤੇ ਬਚਣਾ ਜੱਗੂ ਵੀ ਨੀ ਫਿਰ। ਇਹਨਾਂ ਜੱਗੂ ਦੇ ਵੀ ਕਿਹਾ ਸੀਗਾ ਕਿ ਮੈਨੂੰ ਇਹ ਪੁਲਿਸ ਬੜੀ ਪੰਜਾਬ ਪੁਲਿਸ ਮਾਰ ਸਕਦੀ ਹੈ ਜੇ ਇਹਨਾਂ ਇਹ ਕੰਮ ਕੀਤਾ ਤੇ ਮੇਰੇ ਖਿਆਲ ਸਰਕਾਰ ਕਟਹਿਰੇ ਚ ਖੜੀ ਹੋਏਗੀ, ਡੀਜੀਪੀ ਕਟਹਿਰੇ ਚ ਖੜਾ ਹੋਏਗਾ। ਤੁਸੀਂ ਆਪਣੇ ਵੱਲੋਂ ਪੁੱਛੇਗੀ, ਤੁਸੀਂ ਆਪਣੇ ਵੱਲੋਂ ਇੱਕ ਵਾਰੀ ਕਨਫਰਮ ਕਰ ਲਓ। ਜੀ ਆਪਣੇ ਵੱਲੋਂ ਆਪਾਂ ਗੱਲਾਂ ਬਾਤਾਂ ਦੇ ਵਿੱਚ ਤੁਸੀਂ ਵੀ ਕਨਫਰਮ ਕਰੋ ਕਿ ਕੀ ਹਾਦਸਾ ਹੋਇਆ ਜੀ ਸਾਡੇ ਨਾਲ ਇੱਕ ਕਾਲਰ ਨੇ ਜੀ ਪਟੀ ਸਾਹਿਬ ਵੱਲੋਂ ਕਾਲ ਲੈ ਲਈਏ ਫਿਰ ਉਸ ਤੋਂ ਬਾਅਦ ਚੰਡੀਗੜ੍ਹ ਯੂਨੀਵਰਸਿਟੀ ਦੀ ਗੱਲਬਾਤ ਕਰਦੇ ਆ ਜੀ। ਸਤ
जी मैं संदीप बिश्नोई की गल कर रहा जी। जी बहुत बहुत धन्यवाद जी। जी पटी साहब संदीप बिश्नोई की मैं गल कर रहा जी। जी जी संदीप बिश्नोई जी ठीक हो सकता है जी चंडीगढ़ यूनिवर्सिटी इन्नी घटनौनी हरकत हुई सारे पता ही काफी वायरल हो रही है जी वीडियो। एक औरत ने कैमरा लाया सी स्पाई कैमरा लाया सी ते अश्लील वीडियो उन्होंने अपने दोस्तों नूं दित्तियां वायरल कीतियां ते हुण ओह केस सामने आ रहा। डीजीपी ने भी हुण इन्वेस्टिगेशन शुरू कर दित्ती है जी। 3 मैंबरी कमेटी बनन जा रही है जी। जिहड़ी चंडीगढ़ की घटना वापरी है जी मैं इनू फिर कहूंगा जे इहदे कितें सही इन्वेस्टिगेशन करे ते इह कोई कॉन्सिक्वेंसी निकले। ਤੁਹਾਨੂੰ ਪਤਾ ਹੋਏਗਾ ਠੱਕਰ ਠੱਕਰਪੁਰਾ ਦੀ ਜਿਹੜੀ ਚਰਚ ਸੀਗਾ ਉੱਥੇ ਅਟੈਕ ਹੋਇਆ ਸੀਗਾ। ਉੱਥੇ ਇੱਕ ਮੰਦਿਰ ਦੇ ਜਿਹੜੇ ਚਰਚ ਤੇ ਹਮਲਾ ਕੀਤਾ ਗਿਆ ਸੀ ਰਾਤ ਰਾਤ ਹਮਲਾ ਕਰਕੇ ਜਿਹੜਾ ਪਾਦਰੀ ਉੱਥੇ ਸੀਗਾ ਉਹਦੀ ਗੱਡੀ ਨਵੀਂ ਲਈ ਸਾਰ ਕੇ ਚਲੇ ਗਏ ਸੀ। ਅੱਜ ਤੱਕ ਉਹਦੇ ਵਿੱਚ ਪੁਲਿਸ ਕਿਸੇ ਵੀ ਸਿੱਟੇ ਤੇ ਨਹੀਂ ਪੁੱਜੀ। ਇਹ ਪਹਿਲੇ ਦਿਨ ਪਤਾ ਸੀ ਤੇ ਨਹੀਂ ਪੁੱਜਣਾ ਜੀ। ਉਦੋਂ ਉਹਨਾਂ ਨੇ ਬਕਾਇਦਾ ਰੋਡ ਜਾਮ ਕੀਤੀ ਸੀ ਕ੍ਰਿਸ਼ਨਾ ਨੇ ਤੇ ਇਹਨਾਂ ਨੇ ਕਿਹਾ ਸੀ 3 ਦਿਨ ਦਾ ਟਾਈਮ ਦਿਓ 3 ਦਿਨ ਛੱਡ ਕੇ ਮੇਰੇ ਖਿਆਲ 15 ਦਿਨ ਬੀਤ ਗਏ ਤੱਕ ਉਹਦਾ ਕੋਈ ਬੰਦਾ ਨਹੀਂ ਫੜਿਆ ਜੀ। ਹੁਣ ਜਿਹੜੀ ਆਪਾਂ ਇੱਥੋਂ ਦੀ ਗੱਲ ਕਰਦੇ ਹਾਂ ਜੀ ਜਿਹੜੀ ਆਪਾਂ ਹੁਣ ਇੱਧਰ ਦੀ ਗੱਲ ਕਰਦੇ ਹਾਂ ਚਲੋ ਭਾਈ ਸਾਹਿਬ
Please enter the PIN number you wish to reach. लाइन थोड़ी कटी गई जी पड़ी साहब दी खेवा दे जा चुका दोबारा सी मिलाउन दी कोशिश कर रहे जी पड़ी साहब नु 905-813-1320 वेट्स फर्नीचर प्लांट तो रोहित जी वालों इस हिस्से नु स्पॉन्सर किया जा रहा जी 5200 डिक्सी रोड डिक्सी एंड मैथिसन दी इंटरसेक्शन ते स्थित वेट्स फर्नीचर प्लानेट फोन नंबर 905-232-7489 कोशिश कर रहे कि पड़ी साहब नु मिलाया जाए फटाफट खेमत जा चुका जी टेक्नोलॉजी है टेक्नोलॉजी का युग है कई बार कनैक्शन टुट जाती है जी न्यू इंडिया स्वीट्स एंड तंदूरी रेस्टोरेंट वालों इस गलबात स्पॉन्सर किया जा रहा जी लग्जरी तुसी टेंट रेंटल करना चाहते हो या डाइनिंग टेक आउट का पूरा पूरा प्रबंध किया जाता जी न्यू इंडिया स्वीट्स एंड तंदूरी रेस्टोरेंट के वीर ओला जी या सनी कॉल कर सकते हो 905-399-3237 से गलबात कर सकते हो जी बड़ी साहब प्लीज कंटिन्यू ऑन फोन कटिया गया जी ਹੁਣ ਬੇਸਿਕਲੀ ਤੁਸੀਂ ਦੇਖੋ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਹੈ ਇਸ ਵੇਲੇ ਟੌਪ ਦੀ ਯੂਨੀਵਰਸਿਟੀ ਲੋਕ ਚੰਡੀਗੜ੍ਹ ਯੂਨੀਵਰਸਿਟੀ ਨੂੰ ਕਈ ਚੰਡੀਗੜ੍ਹ ਸਮਝਦੇ ਚੰਡੀਗੜ੍ਹ ਜਿਹੜੀ ਇਹ ਪੰਜਾਬ ਚ ਘੁਲਵਾਲ ਲੈ ਕੇ ਯੂਨੀਵਰਸਿਟੀ ਬਣੀ ਹੈ ਇਹਦੇ ਮਾਲਕ ਨੇ ਜਾਂ ਚਾਂਸਲਰ ਨੇ ਉਹ ਸਤਨਾਮ ਸਿੰਘ ਸੰਧੂ ਨੇ ਉਹਨਾਂ ਦੇ ਭਰਾ ਇੱਕ ਕਿਸਾਨ ਜਿਹਨੇ ਵੀ ਚਲਾਉਂਦੇ ਤੇ ਆਪ ਇਹ ਯੂਨੀਵਰਸਿਟੀ ਚਲਾ ਰਹੇ ਕਾਫੀ ਰਸੂਖਵਾਨ ਵਿਅਕਤੀ ਨੇ ਤੇ ਜਿਹੜੀ ਉਹ ਲੜਕੀ ਨੇ ਬਕਾਇਦਾ ਤੌਰ ਤੇ ਬਣਾਈ ਹੈ ਵੀਡੀਓ ਬਣਾ ਕੇ ਆਪਣੇ ਦੋਸਤ ਨੂੰ ਭੇਜੀ ਤੇ ਉਹਨੇ ਵਾਇਰਲ ਕੀਤੀ ਆ ਚਲੋ ਉਹਦੇ ਵਿੱਚ ਇੱਕ ਤਿੰਨ ਮੁੰਡੇ ਇੱਕ ਲੜਕੀ ਤੇ ਦੋ ਮੁੰਡੇ ਇੱਕ ਸੰਨੀ ਜਿਹੜਾ ਮੁੰਡਾ ਸੀ ਹਿਮਾਚਲ ਦੇ ਵਿੱਚੋਂ ਫੜ ਕੇ ਲਿਆਂਦਾ ਹੈ ਉਹ ਸੀ ਇੱਕ ਮੁੰਡਾ ਹੋਰ ਇੱਕ ਟਰੈਵਲ ਏਜੰਸੀ ਚ ਕੰਮ ਕਰਦਾ ਸੀ ਤੇ ਇੱਕ ਕਰਦਾ ਸੀਗਾ ਆਪਣਾ ਬੇਕਰੀ ਤੇ ਕੰਮ ਕਰਦਾ ਸੀ ਹੁਣ ਉਹ ਕੁੜੀ ਕਹਿੰਦੀ ਜੀ ਮੇਰੀ ਵਾਕਈ ਪਹਿਲਾਂ ਨਹੀਂ ਸੀ ਮੈਨੂੰ ਉਹਨੇ ਕਿਹਾ ਬਣਾ ਕੇ ਭੇਜ ਦੇ ਇਹ ਕੌਨਸੀਪਰੇਸੀ मैं ये दावे का कह सकता जे कि सही इनवेस्टिगेशन हो सही गल निकल आएगी तो कॉन्सिक्वेंसी है ये जिहड़ियां साड़ियां अपनियां यूनीवर्सिटियां ना जिदा साडे विद्यक अदारे इहनां दी आपसी लड़ाई निकलेगी तुसीं देख लो चंडीगढ़ यूनीवर्सिटी जिहड़ी आ उहदे विच 4000 लड़कियां जिहड़ियां होस्टल च रहिंदियां ने इस वेले ये डी ब्लॉक की गल आ ਪਹਿਲਾਂ ਇਹ ਆਉਂਦੀ ਸੀ ਜੀ ਵੇਖੋ ਜਿਹੜਾ ਦਰਵਾਜ਼ਾ ਥੱਲੇ ਸੀ ਮੈਂ ਥੱਲਿਓ ਦੀ ਲੈਂਦੀ ਸੀ ਉਹ ਕਦੇ ਨਹੀਂ ਬਣਦੀ ਥੱਲਿਓ ਦੀ ਤਸਵੀਰ ਲੈਣ ਦੀ ਵੀਡੀਓ ਬਣਾਉਣ ਦੀ ਕਦੇ ਨਹੀਂ ਬਣਦੀ ਜਿਹੜੀ ਗੱਲ ਤੁਸੀਂ ਕਹੀ ਆ ਵੀ ਵਾਕਿਆ ਉਹਨਾਂ ਸਫਾਈ ਕੈਮਰੇ ਲਾ ਕੇ ਜਿਹੜੀ ਅਸੀਂ ਤਸਵੀਰਾਂ ਲਈਆਂ ਨੇ ਤੇ ਫਿਰ ਵਾਇਰਲ ਕੀਤੀਆਂ ਨੇ ਵਾਇਰਲ ਕਰਨ ਤੋਂ ਬਾਅਦ ਰੌਲਾ ਪਿਆ ਵਾ ਰੌਲਾ ਪੈਣ ਤੋਂ ਬਾਅਦ ਜਿਹੜੀ ਸਾਡੇ ਉੱਥੋਂ ਦੇ ਹੈਗੇ ਸੀਗੇ ਪ੍ਰਬੰਧਕ ਉਹਨਾਂ ਨੇ ਪ੍ਰੋਪਰ ਕਾਰਵਾਈ ਨਹੀਂ ਕੀਤੀ ਤੇ ਫਿਰ ਵਿਦਿਆਰਥੀਆਂ ਨੂੰ ਸੜਕਾਂ ਤੇ ਆਉਣਾ ਪਿਆ ਸੜਕਾਂ ਤੋਂ ਆਉਣ ਤੋਂ ਬਾਅਦ ਰਾਤੀ ਕੱਲ ਜਿਹੜੀ ਰਾਤ ਬੀਤੀ ਆ 1:30 ਵਜੇ ਭਾਵੇਂ ਫੈਸਲਾ ਹੋ ਗਿਆ ਸੀ 1:30 ਵਜੇ ਉਹਨਾਂ ਨੇ ਆਪਣਾ ਧਰਨਾ ਖਤਮ ਕਰ ਦਿੱਤਾ ਸੀਗਾ ਇਹ ਫੈਸਲਾ ਹੋ ਗਿਆ ਸੀ ਡੀਸੀ ਤੇ ਐਸਐਸਪੀ ਦੇ ਆ ਕੇ ਕਹਿ ਦਿੱਤਾ ਸੀ ਤੁਹਾਡੀਆਂ ਮੰਗਾਂ ਸਾਰੀਆਂ ਕਰਵਾ ਦੇ ਉਹਦੇ ਵਿੱਚ ਜਿਹੜੀ ਵਾਰਡਨ ਸੀ ਉਹਨੂੰ ਤੋੜ ਦਿੱਤਾ ਗਿਆ ਭਾਈ ਤੇਰੇ ਪਾਸਾ ਰੋਕ ਨਹੀਂ ਗਾ ਤੂੰ ਘਰ ਵਿੱਚ ਪਹਿਲੀ ਗੱਲ ਤੇ ਇਹ ਰਿਟਾਇਰ ਬੰਦੇ ਰੱਖ ਕੇ ਕੰਮ ਚਲਾਉਂਦੇ ਆ ਤੇ ਰਿਟਾਇਰ ਉਹਨਾਂ ਕੰਮ ਨਹੀਂ ਕਰ ਸਕਦੇ ਜਿੰਨਾ ਅੱਜ ਦਾ ਜਾਂ ਨੌਜਵਾਨ ਕਰ ਸਕਦੇ ਉਹਨਾਂ ਨੂੰ ਤਨਖਾਹ ਘੱਟ ਦੇਣੀ ਪੈਂਦੀ ਆ ਅੱਧੀ ਤਨਖਾਹ ਤੇ ਕੰਮ ਕਰ ਦਿੰਦੇ ਆ ਪੂਰੀ ਤਨਖਾਹ ਦੇਣ ਲਈ ਤਿਆਰ ਨਹੀਂ ਹੈਗੇ ਇਹਦੇ ਵਿੱਚ ਹੁਣ 3 ਮੈਂਬਰੀ ਕਮੇਟੀ ਬਣ ਗਈ ਆ ਇੱਕ ਐਸ ਪੀ ਆ ਬੀਬੀ ਦੀਪਿੰਦਰ ਕੌਰ ਇੱਕ ਰੁਪਿੰਦਰ ਕੌਰ ਇੱਕ ਡੀ ਐਸ ਪੀ ਆ ਉਹ ਵੀ ਦੋ ਡੀ ਐਸ ਪੀ ਤੇ ਇੱਕ ਐਸ ਪੀ ਆ ਜੀ ਜੀ ਤਿੰਨੇ ਲੜਕੀਆਂ ਤਿੰਨੇ ਲੇਡੀਜ਼ ਨੇ ਇਹਨਾਂ ਦੀ ਇੱਕ 3 ਮੈਂਬਰੀ ਕਮੇਟੀ ਬਣੀ ਨੇ ਇਹ ਸਿੱਟ ਬਣਾਤੀ ਆ ਜਦੋਂ ਸਿੱਟ ਬਣ ਜਾਂਦੀ ਹੈ ਨਾ ਫਿਰ ਕਹਿੰਦੇ ਬਹਿ ਜਾ ਬਹਿ ਜਾ ਬਹਿ ਜਾ ਕਿੰਨੀਆਂ ਸੀਟਾਂ ਬਣੀਆਂ ਨੇ ਬਹਿਬਰ ਕਲਾ ਕਾਂਡ ਦੇ ਵਿੱਚ ਕੋਟਪੂਰਾ ਕੰਜ ਕੀ ਬਣੇ ਸਿੱਟਾਂ ਦਾ ਸਿੱਟ ਕਿਤੇ ਸਿੱਟ ਜਿਹੜੀ ਸਿੱਟ ਆ ਉਹ ਕਿਸੇ ਸਿੱਟ ਦੇ ਘੱਟ ਹੀ ਪੁੱਜਦੀ ਹੁੰਦੀ ਆ ਕਹਿੰਦੇ ਜੀ ਇਹਦੀ ਨਿਗਰਾਨ ਜਿਹੜੇ ਹੋਣਗੇ ਉਹ ਗੁਰਪ੍ਰੀਤ ਸਿੰਘ ਡੀ ਆਈ ਜਿਹੜੇ ਰੋਪੜ ਦੇ ਉਹ ਹੋਣਗੇ ਹੁਣ ਡੀ ਆਈ ਜੀ ਪਿੱਛਾ ਜਿੰਨੇ ਮਰਜ਼ੀ ਲਾ ਦਿਓ ਪਹਿਲਾਂ ਜਿਹੜੀ ਏ ਡੀ ਜੀ ਸੀ ਗੁਰਪ੍ਰੀਤ ਦਿਓਰ ਸੀ ਉਹਨੂੰ ਕਿਹਾ ਸੀ ਤੂੰ ਸੰਭਾਲ ਤੇ ਗੁਰਪ੍ਰੀਤ ਦੋ ਆ ਕੇ ਜਦੋਂ ਪ੍ਰੈਸਟ ਕਰਦੀ ਆ ਤੇ ਉਹ ਕਹਿੰਦੀ ਜੇ ਪ੍ਰੈਸਟ ਕਾਲ ਤੁਸੀਂ ਕਹਿੰਦੇ ਮੈਨੂੰ ਪਤਾ ਨਹੀਂ ਜੀ ਮੈਨੂੰ ਐਸ ਐਸ ਪੀ ਦਾ ਇਲੀਗਲ ਦੱਸੀ ਜੀ ਇਹਦੋ ਵੱਧ ਨਹੀਂ ਮੈਨੂੰ ਪਤਾ ਤੇ ਬੀਬੀ ਜੀ ਪਹਿਲਾਂ ਤਿਆਰੀ ਕਰਕੇ ਆਓ ਕੀ ਇਹ ਜੀ ਹੈਗਾ ਉਦੋਂ ਵੀ ਉਹਨੇ ਕਿਹਾ ਸੀ ਬੜੀ ਵੱਡੀ ਮੈਂ ਸੋਚਦਾ ਵੀ ਇੰਨੀ ਕੋਈ ਸਿਆਣਪ ਵਾਲੀ ਗੱਲ ਨਹੀਂ ਕੀਤੀ ਕਹਿੰਦੀ ਕਿ ਜਿਹੜੇ ਲੋਕ ਆ ਧਰਨੇ ਤੇ ਬੈਠੇ ਆ ਜਿਹੜੀਆਂ ਪੀੜਤ ਲੜਕੀਆਂ ਉਹ ਸ਼ਾਮਲ ਨਹੀਂ ਇਹਦਾ ਮਤਲਬ ਵਿਦਿਆਰੀ ਵਿਦਿਆਰਥੀ ਨੂੰ ਆਪਣਾ ਇਹ ਧਰਨਾ ਦੇਣ ਦਾ ਅਧਿਕਾਰ ਨਹੀਂ ਪਏਗਾ ਆਪਣੀਆਂ ਮੰਗਾਂ ਦੇ ਹੱਕ ਬੋਲਣ ਦਾ ਕੋਈ ਅਧਿਕਾਰ ਨਹੀਂ ਹੈਗਾ ਉਹ ਤੇ ਵਿਚਾਰੀਆਂ ਪੀੜਤ ਲੜਕੀਆਂ ਤਾਂ ਵਿਚਾਰੀਆਂ ਸਦਮੇ ਚ ਨੇ ਉਹ ਕੀ ਕਰਨ ਉਹਨਾਂ ਦੇ ਵਿੱਚੋਂ ਇਹ ਵੀ ਗੱਲ ਚੱਲੀ ਸੀ ਕਿ ਕਰੀਬ ਕਰੀਬ 7-8 ਲੜਕੀਆਂ ਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਤੋਂ ਅੱਜ ਵੀ ਇੱਕ ਲੜਕੀ ਕਹਿੰਦੇ ਪੀਜੀ ਦਾਖਲਾ ਉਹਦੀ ਹਾਲਤ ਬਹੁਤ ਹੀ ਵਧੀਆ ਨਹੀਂ ਸੁਸਾਈਡ ਕੀਤੀ ਨਹੀਂ
सदमे च ने, इन्हों ने यूनिवर्सिटी जी चौबीस तरीक बंद कर दी है, 25 ऐतवार 26 यूनिवर्सिटी खुलेगी। कुछ लड़कियां चली गई, लेकिन यह पता लगा वा कंपलैक्स के अजे भी लड़कियां उत्थे बकायदा तौर पर धरने दे रही प्रशासनिक प्रबंधक ने उन्हों तो सवाल पूछ रही साढ़े सवाल जवाब दे दौ। जे ब्लॉक की गल करते हैं, जे ब्लॉक के लड़के ही नहीं डी ब्लॉक के, डी ब्लॉक इसे वे बॉयज होस्टल भी होंगे। अच्छा, इस करके कई कुल कई कई गल् जांच का विषय ने, जांच के आऊगा की, लेकिन जो सिट बनती है ना इलीगल माइनिंग हो रही सी जी बॉर्डर दे एरिया दे विच। ਬਕਾਇਦਾ ਤੌਰ ਤੇ ਹਾਈ ਕੋਰਟ ਨੇ ਟੋਟਲੀ ਮਾਈਨਿੰਗ ਬੰਦ ਕੀਤੀ, ਭਾਵੇਂ ਇਲੀਗਲ ਹੋਵੇ ਭਾਵੇਂ ਲੀਗਲ ਹੋਵੇ। ਅੱਛਾ, ਓਕੇ। ਬੀ ਐਸ ਐਫ ਨੇ ਤੇ ਬਕਾਇਦਾ ਤੌਰ ਤੇ ਆਰਮੀ ਨੇ ਸ਼ਿਕਾਇਤ ਕੀਤੀ ਸੀ ਕਿ ਇਹ ਦਰਿਆ ਦੇ ਕੰਢੇ ਦਾ ਏਰੀਆ ਵਿੱਚ 3 ਫੁੱਟ ਰੇਤ ਪੁੱਟਣੀ ਹੁੰਦੀ ਹੈ ਤੇ ਇਹ 10 ਫੁੱਟ ਪੁੱਟ ਦਿੰਦੇ ਆ। ਉਹਨਾਂ ਜਿਹੜੇ ਸਾਡੇ ਮੋਰਚੇ ਬਣਾਏ ਨੇ ਅਸੀਂ ਆਪਣੀ ਸੇਫਟੀ ਵਾਸਤੇ, ਉਹਨਾਂ ਚ ਤਰੇੜਾਂ ਵੀ ਪੈਣੀ ਸ਼ੁਰੂ ਹੋ ਗਈਆਂ ਜੀ। ਇਸ ਕਰਕੇ ਇਹ ਹੱਲ ਕੀਤਾ ਜਾਵੇ। ਹਾਈ ਕੋਰਟ ਨੇ ਕਿਹਾ ਜੀ ਸਰਕਾਰ ਹੱਲ ਨਹੀਂ ਕਰ ਸਕਦੀ ਤੇ ਫਿਰ ਹਾਲ ਨਹੀਂ ਕਰੀਏ। ਇਸ ਇਲਾਕੇ ਚ ਤਰਨ ਤਾਰਨ ਤੇ ਗੁਰਦਾਸਪੁਰ, ਇਹਨਾਂ ਗੁਰਦਾਸਪੁਰ ਤੇ ਪਠਾਨਕੋਟ ਤੇ ਅੰਮ੍ਰਿਤਸਰ, ਇਹਨਾਂ ਦੇ ਵਿੱਚ ਜਿਹੜੀ ਮਾਈਨਿੰਗ ਅਸੀਂ ਟੋਟਲੀ ਬੰਦ ਕਰਦੇ। ਲੇਕਿਨ ਉੱਥੇ ਮੈਂ ਪਹਿਲੇ ਦਿਨ ਵੀ ਕਿਹਾ ਸੀ, ਮੈਂ ਕਿਹਾ ਜੀ ਜਾਇਜ਼ ਤੇ ਬੰਦ ਹੋ ਜੂਗੀ, ਨਜਾਇਜ਼ ਮਾਈਨਿੰਗ ਹੁੰਦੀ ਰਹਿਣੀ ਹੈ। ਗੱਲ ਤਾਂ ਸਹੀ, ਉਹ ਨਜਾਇਜ਼ ਮਾਈਨਿੰਗ ਹੋ ਰਹੀ ਸੀ। ਜਸਵਿੰਦਰ ਸਿੰਘ ਉੱਥੇ ਇੰਚਾਰਜ ਸੀ SHO, ਉਹਦੀ ਸ਼ਿਕਾਇਤ ਬਕਾਇਦਾ ਤੌਰ ਤੇ ਮਾਈਨਿੰਗ ਅਧਿਕਾਰੀ ਨੇ ਕੀਤੀ ਸੀ ਕਿ ਇਹ ਬੰਦਾ ਮਾਈਨਿੰਗ ਕਰਾ ਰਿਹਾ ਤੇ ਉਸ ਕੇਸ ਦੇ ਵਿੱਚ ਜਸਵਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਵਾ। ਅਗਲੀ ਕਾਰਵਾਈ ਜਿਹੜੀ ਵਿਭਾਗੀ ਡਿਪਾਰਟਮੈਂਟ ਅਨੁਸਾਰੀ ਖੁੱਲ ਸੀ ਗਈ। 905-813-1300 ਪ੍ਰਤਾਪ ਸਿੰਘ ਬਾਜਵਾ ਜੀ ਨੇ ਕਿਹਾ ਹੈ ਕਿ ਇਮੀਡੀਏਟਲੀ ਇਹਦਾ ਅਸਤੀਫਾ ਲੈਣਾ ਚਾਹੀਦਾ। ਜੋ ਹਰਕਤ ਭਗਵੰਤ ਮਾਨ ਜੀ ਨੇ ਕੀਤੀ ਹੈ, ਕਾਫੀ ਸੁਣਨ ਚ ਆਇਆ ਕਿ ਉਹਨਾਂ ਨੇ ਜ਼ਿਆਦਾ ਪੀਲੀ ਸੀ ਜੀ ਏਅਰਪੋਰਟ ਜਹਾਜ਼ ਦੇ ਵਿੱਚ ਕਿ ਉਹਨਾਂ ਨੂੰ ਉਤਾਰਨਾ ਪਿਆ। ਕੀ ਖਬਰ ਆ ਰਹੀ ਹੈ ਜੀ, ਇਹ ਕੀ ਗੱਲ ਸੱਚੀ ਹੈ ਕਿ ਸੱਚੀ ਉਹਨਾਂ ਨੇ ਇੰਨੀ ਪੀਤੀ ਸੀ? ਦੇਖੋ ਜੀ, ਪਹਿਲੀ ਗੱਲ ਤੇ ਜਿਹੜੀ ਲੂਫਥਾਂਸਾ ਏਅਰਬੇਸ ਜਹਾਜ਼ ਸੀ 1:40 ਤੇ ਚੱਲਣਾ ਸੀ, ਉਹ 3 ਘੰਟੇ ਦੇ ਸੀ। ਅੱਛਾ, ਜੇ ਇਹਨਾਂ ਨੇ ਸ਼ਰਾਬ ਪੀਤੀ ਸੀ ਤੇ ਇਹਨਾਂ ਨੂੰ ਖਲੋਣ ਲੱਗਿਆ ਸਿਰਫ 15 ਮਿੰਟ ਲੱਗਣੇ ਸੀ ਉਹਨਾਂ ਨੂੰ। ਹਾਂ ਹਾਂ, ਉਹ ਵੈਸੇ ਕੋਈ ਟੈਕਨੀਕਲ ਪ੍ਰੋਬਲਮ ਕਰਕੇ 3 ਘੰਟੇ ਲੇਟ ਸੀਗਾ। ਇਹਨਾਂ ਨੇ ਸਗੋਂ ਉਹ ਫਲਾਈਟ ਛੱਡੀ ਕਿ ਅਸੀਂ ਲੇਟ ਹੋ ਰਹੇ ਹਾਂ। ਲੇਟ ਹੋਣ ਤੋਂ ਬਾਅਦ ਇਹਨਾਂ ਦੀ ਹਾਲਤ ਵੀ ਥੋੜੀ ਜਿਹੀ ਵਿਗੜ ਗਈ ਸੀਗੀ। ਉਹ ਸ਼ਰਾਬ ਪੀ ਕੇ ਵਿਗੜੀ ਹੈ ਕਿ ਵੈਸੇ ਵਿਗੜੀ, ਇਹਦੇ ਬਾਰੇ ਕੋਈ ਜਾਣਕਾਰੀ ਨਹੀਂ, ਇਹਦੇ ਬਾਰੇ ਕੋਈ ਸਪਸ਼ਟੀਕਰਨ ਨਹੀਂ। ਅਸੀਂ ਕਹੋ ਇੰਨੀ ਗੱਲ ਕਹੀਏ, ਬਿਲਕੁਲ ਇਹਨਾਂ ਨੇ ਜਿਹੜਾ ਕਾਫਲਾ ਛੱਡ ਕੇ ਗਿਆ ਸੀ ਉੱਥੇ, ਸਾਡੀ ਜਿਹੜੀ ਹਾਈ ਕਮਿਸ਼ਨ ਦਾ ਇਹਨਾਂ ਨੂੰ ਸਟੇਸ਼ਨ ਉੱਤੇ ਏਅਰਪੋਰਟ ਦੇ ਉੱਤੇ, ਉਸ ਕਾਰਜ ਨੂੰ ਦੁਬਾਰਾ ਕਿਹਾ ਵੀ ਸੀਐਮ ਸਾਹਿਬ ਦੀ ਹਾਲਤ ਠੀਕ ਨਹੀਂ, ਕਿ ਤੁਸੀਂ ਵਾਪਸ ਆ ਜਾਓ। ਹੁਣ ਇਹ ਕਿਆ ਫੇਰ ਨੇ, ਇਹ ਅੰਦਾਜ਼ੇ ਲਾਏ ਗਏ ਨੇ ਜੀ। ਇੱਥੇ ਵੀ ਜਿਹੜਾ ਸਾਡਾ ਪੈਸੰਜਰ ਸੀ ਉਹਨੇ ਇਹ ਗੱਲ ਕਿ ਉਹਨੇ ਕਿ ਕੁਰਤੇ ਪਜਾਮੇ ਤੇ ਜਿਹੜੀ ਪੀਲੀ ਦਸਤਾਰ ਚਾਹੀ ਸੀ ਸ਼ਾਇਦ ਉਹ ਭਗਵੰਤ ਮਾਨ ਸੀ, ਇਹ ਨਹੀਂ ਕਿ ਭਗਵੰਤ ਮਾਨ, ਸ਼ਾਇਦ ਭਗਵੰਤ ਸ਼ਾਇਦ ਓਕੇ ਓਕੇ ਉਹਨੇ ਦਾਰੂ ਪੀਤੀ ਸੀ। ਚਲੋ, ਦਾਰੂ ਪੀਤੀ ਵਾਲੇ ਬੰਦੇ ਨੂੰ ਏਅਰ ਜਹਾਜ਼ ਵਿੱਚ ਲਾਇਆ ਨਹੀਂ ਜਾਂਦਾ। ਦੋਨੋਂ ਕਈ ਉਹ ਤੁਸੀਂ ਆਪ ਦਿੰਦੇ ਪੀ ਕੇ ਸੋਜੋ, ਕਿਸੇ ਨੂੰ ਆਪਣਾ ਕੰਮ ਕਰਨ ਦੇ ਤੁਸੀਂ ਕੋਈ ਗੱਲ ਸੁੱਤੇ ਦਾ ਮਾਨ। ਇਸੇ ਕਰਕੇ ਜੇ ਇਹਨਾਂ ਸ਼ਰਾਬ ਪੀਤੀ ਸੀ ਤੇ ਇਹੋ ਜਿਹੀ ਗੱਲ ਕੋਈ ਬਣਦੀ ਨਹੀਂ। ਲੇਕਿਨ ਜਿਹੜੀ ਇਹ ਗੱਲਾਂ ਤੇ ਉਹਨਾਂ ਦੀ ਹਾਲਤ ਵਾਕਿਆ ਹੀ ਵਿਗੜ ਗਈ ਸੀ, ਜੇ ਦੁਬਾਰਾ ਉਹਨਾਂ ਨੂੰ ਕਾਫਲਾ ਬਚਾ ਕੇ ਵਾਪਸ ਗਿਆ ਸੀ ਤਾਂ ਮਤਲਬ ਗੜਬੜ ਕਿਤੇ ਹੈਗੀ ਸੀ। ਭਾਵੇਂ ਸ਼ਰਾਬ ਪੀਤੀ ਸੀ ਜਾਂ ਵੈਸੇ ਉਹਨਾਂ ਦੀ ਹਾਲਤ ਵਿਗੜੀ ਸੀ, ਇਹਦੇ ਬਾਰੇ ਉਹੀ ਜਾਣਦੇ ਇਹੀ ਸਪਸ਼ਟੀਕਰਨ ਦੇਣੇ ਗਿਆ ਕਿ ਕੀ ਜੀ। ਇਸ ਕਰਕੇ ਆਪਾਂ ਇਹਦੇ ਤੇ ਕੋਈ ਟਿੱਪਣੀ ਨਹੀਂ ਕਰ ਸਕਦੇ। ਪ੍ਰਤਾਪ ਬਾਜਵੇ ਹੋਰੀ ਕਹਿੰਦੇ ਲਓ ਜੀ ਇਹਦੇ ਬੇਇੱਜ਼ਤੀ ਕਰਾਈ, ਸੁਖਮਾਨ ਖਰਾ ਕਹੀ ਜਾਂਦਾ ਜੀ ਇਹਨੇ ਬੜੀ ਬੇਇੱਜ਼ਤੀ ਕਰਾਤੀ ਸਾਡੀ, ਜਿਹੜੀ ਜੀ ਸਿੱਖਾਂ ਦਾ ਕੀ ਪੰਜਾਬ ਦਾ ਜਿਹੜੀ ਸਿਗਨ ਕਰਾਤੀ ਹੈ, ਬਿਕਰਮ ਜਿੱਥੇ ਕਹੀ ਜਾਂਦਾ, ਸੁਖਬੀਰ ਬਾਦਲ ਕਹੀ ਜਾਂਦਾ ਵਾ। ਪਰ ਤੁਹਾਨੂੰ ਪਤਾ ਹੋਏਗਾ ਇੱਕ ਵਾਰੀ ਇਹਨਾਂ ਨੇ ਦੇਖਿਆ 15 ਅਪ੍ਰੈਲ ਦੀ ਗੱਲ ਆ, ਉਦੋਂ ਇਹ ਗਏ ਸੀਗੇ ਦਮਦਮਾ ਸਾਹਿਬ ਮੱਥਾ ਟੇਕਣ ਤੇ ਸੁਖਬੀਰ ਬਾਦਲ ਨੇ ਇੱਕ ਬਿਆਨ ਦੇ ਦਿੱਤਾ ਸੀ ਵੀ ਇਹ ਸ਼ਰਾਬ ਪੀ ਕੇ ਗਏ ਨੇ।
ਤੇ ਬਾਅਦ ਦੇ ਵਿੱਚ ਉਹਦਾ ਜਵਾਬ ਕੋਈ ਨਹੀਂ ਸੀ ਆਇਆ ਜਦੋਂ ਸਾਫ਼ ਕਰੋ ਜੀ ਕਿੱਥੇ ਸ਼ਰਾਬ ਪੀਤੀ ਸਾਡੇ ਜਥੇਦਾਰ ਨੂੰ ਮਿਲ ਕੇ ਆਇਆ ਨਾ ਉੱਥੇ ਮੈਂ ਆਪ ਜਾ ਕੇ ਤੁਸੀਂ ਕਿਵੇਂ ਸ਼ਰਾਬ ਪੀਤੀ ਹੈ ਜਦੋਂ ਬਰਗਾੜੀ ਮੋਰਚਾ ਲੱਗਾ ਸੀਗਾ ਬਰਗਾੜੀ ਮੋਰਚੇ ਦੇ ਵਿੱਚ ਵੀ ਇਹ ਇੱਕ ਵਾਰੀ ਗਏ ਸੀ ਸਟੇਜ ਤੇ ਬੈਠੇ ਸੀ ਤੇ ਜਗਤਾਰ ਸਿੰਘ ਜਾਜਕ ਜਿਹੜੇ ਸਾਬਕਾ ਹੈੱਡ ਗ੍ਰੰਥੀ ਹੈ ਦਰਬਾਰ ਸਾਹਿਬ ਦੇ ਉਹਨੇ ਇੰਨੀ ਗੱਲ ਕਹੀ ਸੀ ਵੀ ਇਹਦੇ ਕੋਲੋਂ ਬੋ ਆਉਂਦੀ ਸੀ ਤੇ ਮੈਂ ਇਹਨੂੰ ਕਿਹਾ ਸੀ ਵੀ ਤੂੰ ਚੱਲ ਜਾ ਭਗਵੰਤ ਤੇਰੇ ਕੋਲ ਬੋ ਆ ਰਹੀ ਹੈ ਮੈਂ ਖਾਇਆ ਸੀਗਾ ਉਦੋਂ ਵੀ ਰੌਲਾ ਪਿਆ ਸੀਗਾ ਹੋ ਸਕਦਾ ਰਾਤ ਦੀ ਪੀਤੀ ਦੀ ਬੁਖਾਰ ਮਾਰਦੀ ਹੋਵੇ ਜਾਂ ਪੀਤੀ ਉਹਦੀ ਅਸੀਂ ਕੋਈ ਪੁਸ਼ਟੀ ਨਹੀਂ ਕਰਦੇ ਲੇਕਿਨ ਉਦੋਂ ਵੀ ਰੌਲਾ ਪਿਆ ਸੀ ਇਹ ਹੁਣ ਜੋ ਪੀ ਲੈਂਦਾ ਤੇ ਮੈਂ ਰੌਲਾ ਪਾਈ ਜਾਂਦਾ ਮਾੜੀ ਗੱਲ ਪਹਿਲਾਂ ਪੂਰੀ ਆਪਾਂ ਪੁਸ਼ਟੀ ਕਰ ਲਈਏ ਕਿਉਂਕਿ ਉਸ ਏਅਰਲਾਈਨ ਦੇ ਵੀ ਅਜੇ ਤੱਕ ਇਹਦੀ ਪੁਸ਼ਟੀ ਨਹੀਂ ਕੀਤੀ ਕਿ ਭਗਵੰਤ ਮਾਨ ਕਿਉਂ ਉਤਰ ਜਾਂ ਕਿਉਂ ਤਾਂ ਰਹਿ ਗਿਆ ਉਹਨਾਂ ਨਾ ਉੱਥੋਂ ਦੀ ਸਰਕਾਰ ਨੇ ਕੀਤੀ ਹੈ ਨਾ ਕਾਫਲੇ ਨੇ ਕੀਤੀ ਹੈ ਕਿਸੇ ਨੇ ਕੀਤੀ ਪੁਸ਼ਟੀ ਇਹਦੇ ਸਿਰਫ ਇੰਨੀ ਗੱਲ ਜ਼ਰੂਰ ਆਈ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਇਹਨਾਂ ਕਰਕੇ ਵਾਪਸ ਜਾਣਾ ਪਿਆ ਉਹਨਾਂ ਨੂੰ ਜੀ जी 905-813-1320 इस हिस्से नूं हंटर एक्सप्रैस वालों स्पॉन्सर किया जा रहा है जिसी वधिया रूट लभ रहे हो जी टोरोंटो टू मोन्ट्रियल मोन्ट्रियल लोकल मोन्ट्रियल टू टैक्सिस ब्रैम्पटन टू टैक्सिस ब्रैम्पटन टू कैलिफोर्निया तो हंटर एक्सप्रैस नूं कॉल किया जा सकता है 905-791-3090 एशियन फूड लैंड जो कि किचनर दे विच खुल चुका है जी तुसी अपने वधिया ग्रोसरी लभ रहे हो जी किचनर वाटलू एरिया दे विच हुण किचनर दे विच जिथे मिठाइयां दा उत्थे स्टोर है मीट दा स्टोर है जूस बार है एशियन फूड लैंड 519-6104-500 टॉप चॉइस इलेक्ट्रॉनिक्स 905-799-0045 ब्रॉड्स दी वॉल लोकेशन वालों इस सेशन स्पॉन्सर किया जा रहा जी थियारा सुपरमार्केट दी तीन शानदार लोकेशंस स्टीफन्स फर्नीचर तो जस जी दो शानदार लोकेशंस 2575 स्टील्स एवेन्यू ईस्ट 6 मार्कोनी कोर्ट इन बोल्टन लग्जरी फर्नीचर हाई एंड फर्नीचर ले सकते हो स्टीफन्स फर्नीचर 905-790-0560 ते तुसी इन्हां नाल गलबात कर सकते हो आओ फिर अगली गलबात अगे तोरीओ तुसी भी अपना सवाल अगे रख सकते हो जी 905-813-1320 905-813-1320 पड़ी साहब अगली खबर वाल असी चलिए अमरिंदर सिंह दी गलबात करदे कैप्टन अमरिंदर सिंह जी जिन्हां ने बीजेपी नू जॉइन कर दिता है जी जिहड़े कैप्टन अमरिंदर सिंह जी उन्हां दी घर वापसी हुई जी बड़ा अजीब जिहा लगदा कैप्टन अमरिंदर सिंह दे पिछोकड़ चलदी है ते इन्हां दा परिवार हमेशा जिहड़ा वा ओह हाकम करना पिया कोई व्यक्ति जी इन्हां वर्गे कहिंदे जी ओह जिहड़ा सी हाकम ते दी सपोर्ट करदा सी ओह हार विरोधी धड़ अगे आ गई ते अगले दिन जदों उस पार्टी ने जलूस कढ़िया ते पहली कतार ते खलो के नारे मारे सी रख एक कहना इधर दल बदलू तू की करता फिरदा इत्थे तू ते कल दूजी पार्टी का ना दल बदलू मैं नहीं दल बदलू तू आ कल तू विरोधी इसलिए तू हाकम झटके मैं रहिंदा ही हमेशा हाकम झटके जिहड़ी मर्जी पार्टी बने इस करके जिहड़े ये लोग है ना वड्डे घरां दे लोग इहदा नहीं रहने हाकम झटके कैप्टन अमरिंदर सिंह ਜੇ ਇਹਨਾਂ ਦੇ ਪਿਛੋਕੜ ਚੱਲੀਏ ਥੋੜਾ ਜਿਹਾ ਤੇ ਤੁਹਾਨੂੰ ਪਤਾ ਹੋਏਗਾ ਇਹਨਾਂ ਦੇ ਵੱਡ ਵਡੇਰੇ ਵੀ ਜਿਹੜੇ ਸੀ ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਸਾਥ ਨਹੀਂ ਦਿੱਤਾ ਸੀ ਬਕਾਇਦਾ ਤੌਰ ਤੇ ਅੰਗਰੇਜ਼ ਸਾਥ ਇਹਨਾਂ ਨੇ ਬਕਾਇਦਾ ਤੌਰ ਤੇ ਜਿਹੜਾ ਮਹਾਰਾਜਾ ਦਾ ਖਿਤਾਬ ਮਿਲਿਆ ਸੀ ਇਹਨਾਂ ਨੂੰ ਕਿਸੇ ਗੁਰੂ ਕੋਲੋਂ ਕਿਸੇ ਪੰਥ ਕੋਲੋਂ ਕਿਸੇ ਗ੍ਰੰਥ ਕੋਲੋਂ ਨਹੀਂ ਮਿਲਿਆ ਇਹਨਾਂ ਨੂੰ ਅਹਿਮਦ ਅਬਦੀ ਅਬਦਾਲ ਜੀ ਕੋਲ ਮਿਲਿਆ ਸੀ ਇਹਨਾਂ ਦੀ ਜੇ ਆਪਾਂ ਗੱਲ ਕਰ ਲਈਏ ਤੇ ਪਹਿਲਾਂ ਇਹ ਕਾਂਗਰਸੀ ਬਣੇ ਫਿਰ ਜਦੋਂ 1977 ਦੇ ਵਿੱਚ ਬਕਾਇਦਾ ਤੌਰ ਤੇ ਸਾਡੀ ਜਨਤਾ ਪਾਰਟੀ ਸਰਕਾਰ ਬਣੀ ਉਹਨੇ ਇਹਨਾਂ ਦੀ ਮਾਤਾ ਜਿਹੜੀ ਜਨਤਾ ਪਾਰਟੀ ਸ਼ਾਮਲ ਹੋਈ ਰਾਜ ਸਭਾ 1977 ਚ MP ਬਣੇ ਸੀ ਜਨਤਾ ਪਾਰਟੀ ਉਦੋਂ ਤਾਂ ਇਹਨਾਂ ਦੇ ਮੇਲ ਜੋਲ ਆ ਅੱਜ ਵੀ ਇਹਨਾਂ ਦੇ ਪਰਿਵਾਰ ਦੇ ਵਿੱਚ ਬਹੁਤੇ ਰਿਸ਼ਤੇਦਾਰ ਇਹਨਾਂ ਦੇ ਹਿੰਦੂ ਕਮਿਊਨਿਟੀ ਚ ਬਿਲੋਂਗ ਕਰਦੇ ਆ ਉਹਨਾਂ ਵਿੱਚ ਬਹੁਤੇ RS ਨਾਲ ਸੰਬੰਧਿਤ ਹੁਣ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਜਦੋਂ 1984 ਦੇ ਵਿੱਚ ਇੱਕ ਬੜਾ ਵਧੀਆ ਸਿੱਖ ਹੋਣ ਦਾ ਸਬੂਤ ਦਿੱਤਾ ਵੀ ਜਦੋਂ ਸਾਕਾ ਨੀਲਾ ਤਾਰਾ ਹੋਇਆ ਇਹ ਉਦੋਂ ਕਾਂਗਰਸ ਦੇ MP ਸੀਗੇ
ਸਾਬਕਾ ਨੀਲਾ ਤਰ ਤੋਂ ਬਾਅਦ ਇਹਨਾਂ ਐਮ ਪੀ ਸ਼ਿਪ ਤੋਂ ਅਸਤੀਫਾ ਦੇ ਦਿੱਤਾ ਮੁੜ ਕੇ ਕਾਂਗਰਸ ਦੇ ਦਿੱਤਾ ਅਕਾਲੀ ਦਲ ਸ਼ਾਮਿਲ ਹੋ ਗਏ ਅਕਾਲੀ ਦਲ ਸ਼ਾਮਿਲ ਹੋਣ ਤੋਂ ਬਾਅਦ ਇਹ ਬਰਨਾਲਾ ਸਰਕਾਰ ਦੇ ਵਿੱਚ MLA ਬਣ ਕੇ ਤੇ ਖੇਤੀਬਾੜੀ ਮੰਤਰੀ ਬਣੇ ਜਦੋਂ ਇਹ ਖੇਤੀਬਾੜੀ ਮੰਤਰੀ ਬਣੇ ਤੇ ਤੁਹਾਨੂੰ ਪਤਾ ਹੋਏਗਾ ਕੇਂਦਰ ਨੇ ਇਹ ਆਪਣਾ ਸਾਕਾ ਨੀਲਾ ਤਰ੍ਹਾਂ ਜਸਟੀਫਾਈ ਕਰਨ ਵਾਸਤੇ ਜਿਹੜਾ ਸੀ ਬਰਨਾਲੇ ਨੂੰ ਕਿਹਾ ਸੀ ਫੌਜ ਭੇਜ ਉੱਥੇ ਆਪਣੀ ਪੁਲਿਸ ਦੇ ਦਰਬਾਰ ਸਾਹਿਬ ਉਹਨੇ ਭੇਜੀ ਉਹ ਕਈ ਕਹਿੰਦੇ ਬਲੈਕ ਥੰਡਰ ਨਹੀਂ ਇਹ ਬਲੈਕ ਥੰਡਰ ਨਹੀਂ ਬਲੈਕ ਥੰਡਰ ਤੇ ਸਾਕਾ ਨੀਲਾ ਤਰ੍ਹਾਂ ਦੇ ਵਿਚਾਰੇ ਇੱਕ ਵੱਖਰੀ ਕਾਰਵਾਈ ਹੋਈ ਸੀ ਉਦੋਂ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਫਿਰ ਤੁਸੀਂ ਅਸਤੀਫਾ ਦਿੱਤਾ ਸੀ ਵੀ ਤੁਸੀਂ ਦਰਬਾਰ ਸਾਹਿਬ ਦੀ ਪੁਲਿਸ ਜੀ ਮੇਰਾ ਅਸਤੀਫਾ ਚੁੱਕੋ ਮੈਂ ਨਹੀਂ ਰਹਿਣਾ ਫਿਰ 1992 ਚ ਇਲੈਕਸ਼ਨ ਹੋਈ ਤੇ ਇਹਨਾਂ ਆਪਣਾ ਸ਼੍ਰੋਮਣੀ ਅਕਾਲੀ ਦਲ ਪੰਥਕ ਬਣਾ ਕੇ ਇਲੈਕਸ਼ਨ ਲੜੀ ਇਹਨਾਂ ਨੂੰ ਪੂਰੀ ਆਸ ਸੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਬਾਈਕਾਟ ਤੇ ਵੋਟਾਂ ਸਾਨੂੰ ਪੈ ਜਾਣਗੀਆਂ ਲੇਕਿਨ ਇਹਨਾਂ ਨੂੰ ਵੋਟਾਂ ਨਹੀਂ ਪਈਆਂ ਸੀ ਇਹ ਤਿੰਨ ਸੀਟਾਂ ਜਿੱਤੇ ਸੀ ਇੱਕ ਆਪਣੀ ਸੀਟ ਜਿੱਤੇ ਸੀ ਇੱਕ ਰਣਜੀਤ ਸਿੰਘ ਛੱਡੇਲੀ ਜਿੱਤੇ ਖੰਡੀ ਸਾਹਿਬ ਤੋਂ ਇੱਕ ਜਿੱਤੇ ਸੀ ਇੰਦਰਜੀਤ ਸਿੰਘ ਜੀਰਾ ਫਿਰ ਇਹ ਅਕਾਲੀ ਦਲ ਚ ਰਹੇ ਅਕਾਲੀ ਦਲ ਚ ਰਹੇ ਅਕਾਲੀ ਦਲ ਚ ਰਹਿਣ ਤੋਂ ਬਾਅਦ ਇਹਨਾਂ ਫਿਰ 1997 ਚ ਟਿਕਟ ਮੰਗੀ ਪ੍ਰਕਾਸ਼ ਸਿੰਘ ਬਾਦਲ ਤੋਂ ਫਿਰ ਟਿਕਟ ਨਹੀਂ ਮਿਲੀ 1998 ਚ ਮੁੜ ਕੇ ਕਾਂਗਰਸ ਸ਼ਾਮਿਲ ਹੁੰਦੇ ਆ ਉਦੋਂ ਸ਼ਾਮਿਲ ਹੋਣ ਤੋਂ ਬਾਅਦ ਜਿਹੜੀ ਸੋਨੀਆ ਗਾਂਧੀ ਸੀ ਇਹਨਾਂ ਕੋਈ ਨਿੱਜੀ ਸੰਬੰਧ ਦੇ ਹੈਗੇ ਸੀਗੇ ਤੇ ਜਦੋਂ ਉਹਦੀ ਸ਼ਾਦੀ ਹੋਈ ਸੀ ਉਦੋਂ ਮਦਦ ਕੀਤੀ ਸੀ ਉਹਨਾਂ ਦੀ ਉਹਦੇ ਵਿੱਚ ਜਿਹੜਾ ਸੀ ਕੈਪਟਨ ਅਮਰਿੰਦਰ ਸਿੰਘ ਮੁੜ ਕੇ ਪ੍ਰਧਾਨ ਬਣੇ ਫਿਰ 2002 ਚ ਮੁੱਖ ਮੰਤਰੀ ਬਣਦੇ ਤੇ 5 ਸਾਲ ਟਿਕਾ ਕੇ ਕੰਮ ਕਰਦੇ 2007 ਚ ਇੱਕ ਮੁੱਖ ਮੰਤਰੀ ਬਣਦੇ ਬਣਦੇ ਉਦੋਂ ਰਹਿ ਗਏ ਜਦੋਂ 4-5 ਦਿਨ ਇਹਨਾਂ ਦੀ ਪਾਕਿਸਤਾਨੀ ਦੋਸਤਾਂ ਚ ਬਹਿ ਕੇ ਇਹਨਾਂ ਪ੍ਰਚਾਰ ਛੱਡਤਾ ਉੱਥੇ ਹੁਸ਼ਿਆਰਪੁਰ 2012 ਦੇ ਵਿੱਚ ਕਿਰਤ ਲੈ ਗਿਆ ਕਿ ਬਾਜਵਾ ਸਾਹਿਬ ਪ੍ਰਧਾਨ ਸੀਗੇ ਇਸ ਕਰਕੇ ਨੀ ਬਣ ਸਕੀ 2017 ਚ ਮੁੱਖ ਮੰਤਰੀ ਬਣਦੇ ਆ ਤੇ 5 ਸਾਲ ਵਾਅਦਾ ਕੀਤਾ ਸੀ ਇੱਕ ਗੁਰੂ ਦੇ ਸਿੱਖ ਨੇ ਜਿਹੜਾ ਆਪਣੇ ਨੂੰ ਕਹਿੰਦਾ ਸੀ ਮੈਂ ਗੁਰੂ ਦਾ ਇੱਕ ਵਧੀਆ ਸਿੱਖ ਹਾਂ ਇਹ ਵਾਅਦਾ ਕੀਤਾ ਸੀ ਦਰਗਾਰੀ ਦਾ ਬਹਿਬਲ ਕਲਾਂ ਤੇ ਕੋਟਪੂਰਾ ਇਨਸਾਫ ਦਿਵਾਉਂਗਾ ਸਿੱਟਾਂ ਬਣਾਉਂਦੇ ਕਿ ਕਮਿਸ਼ਨ ਬਣਾਉਂਦੇ ਕਿ ਅੱਜ ਤੱਕ ਇਨਸਾਫ ਨਹੀਂ ਮਿਲਿਆ ਤੇ ਤੁਹਾਨੂੰ ਪਤਾ ਫਿਰ ਗੁਰੂ ਗੁਰੂ ਹੁੰਦਾ ਪੌਣੇ 5 ਸਾਲ ਬਾਅਦ ਇਹਨਾਂ ਨੂੰ ਕਾਂਗਰਸ ਦੇ ਭਜਾਤਾ ਭਾਈ ਸੋਨੀ ਨੇ ਕਹਿਤਾ ਅਮਰਿੰਦਰ ਆਈ ਸੋਰੀ ਤੇਰੇ ਤੇ ਲੋਕ ਬਹੁਤ ਨਾਰਾਜ਼ ਨੇ ਪਾਰਟੀ ਵਰਕਰ ਵੀ ਨਾਰਾਜ਼ ਸਾਰੇ ਨਾਰਾਜ਼ ਨੇ ਇਹ ਛੱਡ ਕੇ ਆ ਗਿਆ ਛੱਡ ਕੇ ਆਉਣ ਤੋਂ ਬਾਅਦ ਇਹਨੇ ਪੰਜਾਬ ਲੋਕ ਕਾਂਗਰਸ ਵਾਲੀ ਪਾਰਟੀ ਬਣਾ ਲਈ ਪੰਜਾਬ ਲੋਕ ਕਾਂਗਰਸ ਪਾਰਟੀ ਨੇ ਬੀਜੇਪੀ ਨਾਲ ਰਲ ਕੇ ਪੰਜਾਬ ਚ ਚੋਣਾਂ ਲੜੀਆਂ ਤੇ 28 ਸੀਟਾਂ ਲੜੀਆਂ ਤੇ 27 ਸੀਟਾਂ ਦੇ ਜਬਾਨ ਤੋਂ ਜਬਤ ਹੋਈ ਇਹਨਾਂ ਅਸਿੱਧੇ ਰੂਪ ਚ ਬੀਜੇਪੀ ਨਾਲ ਸੀ ਅੱਜ ਇਹ ਬਕਾਇਦਾ ਤੌਰ ਤੇ ਕਿ ਜਦੋਂ ਇਹ ਵਿਦੇਸ਼ ਚੋਂ ਆਉਂਦੇ ਨੇ ਆ ਕੇ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਮੁਲਾਕਾਤ ਕਰਦੇ ਆ ਗ੍ਰਹਿ ਮੰਤਰੀ ਜਿਵੇਂ ਕਰਦੇ ਆ ਅੱਜ ਵੀ ਸ਼ਮੂਲੀਅਤ ਕਰਨ ਤੋਂ ਪਹਿਲਾਂ ਇਹਨਾਂ ਨੇ ਜਿਹੜੀ ਜੇਪੀ ਨੱਡਾ ਉਹਨਾਂ ਨਾਲ ਮੁਲਾਕਾਤ ਕੀਤੀ ਤੇ ਅੱਜ ਸਿੱਧੇ ਰੂਪ ਦੇ ਵਿੱਚ ਇਹਨਾਂ ਨੇ ਜਿਹੜੀ ਬੀਜੇਪੀ ਸ਼ਾਮਿਲ ਹੋ ਗਏ ਕਿਉਂਕਿ ਇਹ ਪਰਿਵਾਰ ਜਿਹੜਾ ਵਾ ਜੇ ਤੁਸੀਂ ਇਤਿਹਾਸ ਖੋਲ ਕੇ ਵੇਖ ਲਓ ਹਮੇਸ਼ਾ ਹੀ ਸੱਤਾ ਦੇ ਨਾਲ ਰਿਹਾ ਵਾ ਇਹ ਸੱਤਾ ਬਗੈਰ ਰਹਿ ਨਹੀਂ ਸਕਦੀ ਇਸ ਕਰਕੇ ਅੱਜ ਵੀ ਉੱਥੇ ਚੱਲ ਗਿਆ ਕਹਿੰਦੇ ਕਿ ਫਲਾਣਾ ਚੱਲ ਜੂ ਝਿਗੜਾ ਚੱਲ ਜੂ ਆਹ ਜ਼ਿਲ੍ਹੇ ਚ ਪਰ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਵੀ ਕਿਹੜਾ ਖੜਨ ਦਾ ਗਿਆ ਜੀ ਪਟੇ ਸਾਹਿਬ ਕੋਲ ਸਿਰਫ 2-3 ਮਿੰਟ ਨੇ ਜੀ ਕੁਇਕਲੀ ਮੈਂ ਜਾਣਨਾ ਚਾਹਾਂਗਾ ਜੇ ਜਿਹੜੀ ਸ਼੍ਰੋਮਣੀ ਕਮੇਟੀ ਹੁਣ ਲੀਗਲ ਕਹਿ ਲਓ ਕਿ ਲੜਾਈ ਲੜਨ ਜਾ ਰਹੀ ਹੈ ਜੀ ਬੰਦੀ ਸਿੰਘਾਂ ਨੂੰ ਰਿਹਾਈ ਕਰਨ ਲਈ ਕਾਫੀ ਸੀਨੀਅਰ ਵਕੀਲਾਂ ਦੇ ਨਾਲ ਵੀ ਕਮੇਟੀ ਮਿਲ ਰਹੀ ਹੈ ਜੀ ਜਿੱਥੋਂ ਤੱਕ ਗੱਲ ਹੈ ਜੀ ਸੀਨੀਅਰ ਵਕੀਲਾਂ ਦੀ ਇਹਨਾਂ ਨੇ ਪਰਸੋਂ ਇੱਕ ਮੀਟਿੰਗ ਕੀਤੀ ਹੈ ਚੰਡੀਗੜ੍ਹ ਦੇ ਵਿੱਚ ਜੀ ਉਹਦੇ ਸੀਨੀਅਰ ਵਕੀਲ ਜਿਹੜੇ ਸਿੱਖ ਸੀਨੀਅਰ ਵਕੀਲ ਸੀਗੇ ਉਹ ਸਾਰੇ ਸ਼ਾਮਲ ਪਹਿਲਾਂ ਤੇ AIC ਸਾਬਕਾ ਜਾਰੀ ਜੱਜ ਵੀ ਸ਼ਾਮਿਲ ਕਰੇਗਾ ਲੇਕਿਨ ਮੇਰੀ ਇਨਫੋਰਮੇਸ਼ਨ ਮੁਤਾਬਕ ਸੀਨੀਅਰ ਵਕੀਲ ਸ਼ਾਮਿਲ ਕੀਤੇ ਕਿ ਉਹਨਾਂ ਦੇ ਰਾਏ ਲਈ ਗਈ ਹੈ ਜੀ ਉਹਨਾਂ ਦੀ ਰਾਏ ਦੇ ਵਿੱਚ ਉਹਨਾਂ ਨੇ ਇਹੀ ਦੱਸਿਆ ਕਿ ਜਿਹੜੀ ਤੁਸੀਂ ਆਪਣੀ ਸਿਆਸੀ ਲੜਾਈ ਲੜ ਰਹੇ ਹੋ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੇ ਉਹ ਆਪਾਂ ਨੂੰ ਕਾਨੂੰਨੀ ਲੜਾਈ ਲੜਨੀ ਚਾਹੀਦੀ ਹੈ ਤੁਹਾਨੂੰ ਪਤਾ ਹੋਏਗਾ ਜਿਹੜੇ ਬੰਦੇ ਸਰਦਾਰ ਬੇਅੰਤ ਸਿੰਘ ਮੁੱਖ ਮੰਤਰੀ ਦੇ ਕਤਲ ਕੇਸ ਦੇ ਅੰਦਰ ਨੇ ਉਹਨਾਂ ਬਾਰੇ ਇੱਕ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੇ ਕਿਹਾ ਸੀ ਕਿ ਸਾਡੇ ਕੋਲ ਪੈਸੇ ਨਹੀਂ ਹੈ ਪੈਸੇ ਨਹੀਂ ਹੈਗੇ ਅਸੀਂ ਤਕੜਾ ਵਕੀਲ ਨਹੀਂ ਕਰ ਸਕਦੇ SDPC ਚਾਹੀਦੇ ਸੀ ਉਹਦੀ ਗੱਲ ਸੁਣਦੇ ਤਕੜਾ ਵਕੀਲ ਕਰਕੇ ਦਿੰਦੇ ਪੈਸੇ ਦੇ ਕੋਲ ਵੀ ਜਾਣੇ ਸੀ ਜਿਪ ਜਾਣੇ ਸੀ ਕਿਤੇ ਉਦੋਂ ਆਪਾਂ ਇਸੇ ਮੰਚ ਤੋਂ ਕਿਹਾ ਸੀ ਜਿਹੜਾ 22 ਲੱਖ ਰੁਪਇਆ ਹੋਣ ਦਾ ਮੰਚ ਦਾ ਵੱਧ ਦਾਵਾ ਕਰ ਰਿਹਾ ਕਿ ਮੋਰਚਾ ਤੇ ਭਾਵੇਂ ਜਿਹੜਾ ਅਸੀਂ ਸਥਾਪਿਤ ਕਰ ਦਿੱਤਾ ਵਾ ਜੀ ਮੁਲਤਵੀ ਕਰਤਾ ਤਾਂ 22 ਲੱਖ ਰੁਪਇਆ ਪਿਆ ਉਦੋਂ ਆਪਾਂ ਵੀ ਇਸੇ ਮੰਚ ਤੋਂ ਕਿਹਾ ਸੀ ਮੰਚ ਸਾਹਿਬ ਜਾ ਕੇ ਉਹਨਾਂ ਨੂੰ ਵਕੀਲ ਕਰ ਦਿਓ ਚੰਗਾ ਕੋਈ ਜਾ ਕੇ ਆਪਣੀ ਲੜਾਈ ਸੁਪਰੀਮ ਕੋਰਟ ਚ ਲੜ ਲੈ ਹੁਣ ਇਹਨਾਂ ਦੇ ਬਕਾਇਦ ਤੌਰ ਤੇ ਕਿ ਅਸੀਂ ਲੜਾਈ ਲੜਾਂਗੇ ਸਿਆਸੀ ਵੀ ਲੜਾਂਗੇ ਤੇ ਕਾਨੂੰਨੀ ਵੀ ਲੜਾਂਗੇ ਫੇਰ ਆਏ ਦਰਸਤ ਰੁਸਤ ਆਏ
ਕਿੰਨੀ ਕੁ ਲੜਾਈ ਚ ਕਾਮਯਾਬ ਹੁੰਦੇ ਤੇ ਸਮਾਂ ਦੱਸੂਗਾ ਜੀ। ਲੇਕਿਨ ਪ੍ਰਧਾਨ ਮੰਤਰੀ ਸਾਹਿਬ ਦੇ ਇਹਨਾਂ ਮੁਲਾਕਾਤ ਨਹੀਂ ਹੋ ਸਕੀ ਜਿਹਦੇ ਕਰਕੇ ਥੋੜੀ ਜਿਹੀ ਹਜੇ ਦਿੱਕਤ ਪਿਛਾ ਰਹੀ ਨੇ ਜੀ। ਭੜੀ ਸਾਹਿਬ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਮੁਲਾਕਾਤਾਂ ਹੋਣਗੀਆਂ ਜੀ। ਬਹੁਤ ਬਹੁਤ ਧੰਨਵਾਦ ਟਾਈਮ ਦੇਣ ਵਾਸਤੇ। ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮੱਚ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।